ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਕਰਕੇ ਪੰਜਾਬ ਦੀਆਂ ਨਹਿਰਾਂ ਅਤੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜੇਕਰ ਨਾਭਾ ਬਲਾਕ ਦੇ ਪਿੰਡ ਧੂਹੀ ਤੋਂ ਲੰਘ ਰਹੀ ਘੱਗਰ ਬ੍ਰਾਂਚ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਨਹਿਰ ਦੇ ਆਲੇ ਦੁਆਲੇ ਮਿੱਟੀ ਦੀ ਪਟੜੀ ਵੀ ਖੁਰਦੀ ਜਾ ਰਹੀ ਹੈ ਅਤੇ ਪਿੰਡ ਵਾਸੀ ਇਸ ਨੂੰ ਲੈ ਕੇ ਚਿੰਤਿਤ ਹਨ, ਕਿਉਂਕਿ ਨਹਿਰ ਤੇ ਇੱਕ ਬਿਜਲੀ ਘਰ ਵੀ ਬਣਿਆ ਹੋਇਆ ਜਿਸ ਦੀ ਸਪਲਾਈ ਪਿੱਛੋਂ ਬੰਦ ਹੋ ਗਈ ਹੈ, ਜਿਸ ਕਰਕੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜੇ ਸਮਾਂ ਰਹਿੰਦੇ ਇਸ ਦਾ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਇਹ ਨਹਿਰ ਮਾਨਸਾ ਨੂੰ ਜਾਂਦੀ ਹੈ, ਪਿੰਡ ਦੇ ਵਿੱਚ ਇਸ ਕਰਕੇ ਸਹਿਮ ਦਾ ਮਾਹੌਲ ਹੈ ਕਿ ਜੇਕਰ ਲਗਾਤਾਰ ਪਾਣੀ ਦਾ ਪੱਧਰ ਵਧਦਾ ਗਿਆ ਤਾਂ ਨਹਿਰ ਦੀ ਪਟੜੀ ਹੋਰ ਵੀ ਟੁੱਟ ਸਕਦੀ ਹੈ ਅਤੇ ਆਲੇ ਦੁਆਲੇ ਪਿੰਡਾਂ ਦਾ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਜਿਹੜੀ ਘੱਗਰ ਬ੍ਰਾਂਚ ਹੈ, ਜਿਹੜੀ ਘੱਗਰ ਬ੍ਰਾਂਚ, ਅਸੀਂ ਪਿੰਡ ਥੂਹੀ ਦੇ ਨਗਰ ਨਿਵਾਸੀ ਹੈ। ਜਿਹੜੀ ਲੋਕਾਂ ਦੇ ਵਿੱਚ ਬੜਾ ਡਰ ਦਾ ਮਾਹੌਲ ਹੈ, ਉਹਦਾ ਕਾਰਨ ਹੈ ਜਿਹੜਾ, ਇੱਕ ਤਾਂ ਜਿਹੜੀ ਆ ਸਾਹਮਣੇ ਨਹਿਰ ਦੀ ਲਾਈਨਿੰਗ ਹੈ, ਜਿਹੜੀ ਉਹ ਲਾਈਨਿੰਗ ਹੈ ਲਗਭਗ 15-20 ਫੁੱਟ, ਉਹ ਲਾਈਨਿੰਗ ਟੁੱਟ ਗਈ ਹੈ। ਉਹਦਾ ਕਾਰਨ ਇਹ ਹੈ, ਪੁਲ 'ਤੇ ਜਿਹੜੇ ਕ੍ਰੋਸ ਰੈਗੂਲੇਟਰ ਹੈ ਜਿਹੜਾ, ਉਹਦੀ ਕਪੈਸਿਟੀ ਹੈ ਜਿਹੜੀ, ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ, ਕਿਉਂਕਿ ਮੀਂਹ ਦਾ ਪਾਣੀ ਆਉਣ ਕਾਰਨ ਪਾਣੀ ਦਾ ਪੱਧਰ ਹੈ ਜਿਹੜਾ ਲਗਭਗ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ 1 ਫੁੱਟ ਤੋਂ ਉੱਪਰ ਹੈ ਜਿਹੜਾ, ਉਹ ਵੱਧ ਚੁੱਕਿਆ ਹੈ। ਪਰੰਤੂ ਉਹਦੀ ਸਮਰੱਥਾ ਜਿਹੜੀ, ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ। ਇਹ ਪਾਣੀ ਆ ਜਿਹੜਾ ਪਾਵਰ ਹਾਊਸ ਦੇ ਵਿੱਚ ਦੀ ਘੁੰਮ ਕੇ ਲੰਘਦਾ, ਪਾਵਰ ਹਾਊਸ ਹੈ ਜਿਹੜਾ, ਉਹਦੇ 'ਚ ਪਾਣੀ ਅੱਜ ਕਿਸੇ ਕਾਰਨ ਨਹੀਂ ਘੁੰਮ ਰਿਹਾ, ਜਿਹਦੇ ਕਾਰਨ ਪਾਣੀ ਦਾ ਲੈਵਲ ਵਧਣ ਕਾਰਨ ਜਿਹੜਾ ਹੈਗਾ ਇਹ ਲੈਵਲ ਵੱਧ ਗਿਆ। ਇੱਕ ਹੋਰ, ਅਸੀਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਜਿਹੜਾ ਕਹਿ ਚੁੱਕੇ ਹਾਂ ਕਿ ਜਿਹੜਾ ਨਮਾਦਾ ਹੈੱਡ ਹੈ, ਇਹਦਾ ਜਿਹੜਾ ਫੱਟਾ ਜਿਹਦੇ ਨਾਲ ਪਾਣੀ ਆਪਾਂ ਬੰਦ ਕਰਦੇ ਹਾਂ ਜਿਹੜਾ ਸੂਏ ਦਾ, ਉਹ ਬੰਦ ਹੀ ਨਹੀਂ ਹੁੰਦਾ। ਇੱਥੇ ਅਸੀਂ ਅਧਿਕਾਰੀਆਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ, ਪਰੰਤੂ ਕਿਸੇ ਅਧਿਕਾਰੀ ਦੇ ਕੰਨ 'ਤੇ ਜੂੰ ਨਹੀਂ ਸਰਕੀ। ਉੱਚ ਅਧਿਕਾਰੀਆਂ ਦੇ, ਇਸ ਤੋਂ ਤੱਕ ਕਿ SC SCM ਦੇ ਵੀ ਇਹ ਮਾਮਲਾ ਧਿਆਨ ਦੇ ਵਿੱਚ ਹੈ, ਪਰੰਤੂ ਜਿਹੜੇ ਅਧਿਕਾਰੀ ਨੇ ਕੋਈ ਵੀ ਧਿਆਨ ਨਹੀਂ ਦੇ ਰਹੇ। ਅਸੀਂ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਪ੍ਰਾਇਓਰਟੀ ਦੇ ਆਧਾਰ 'ਤੇ ਜਿਹੜਾ ਸਮੁੱਚਾ ਮਸਲਾ ਉਹ ਹੱਲ ਕੀਤਾ ਜਾਵੇ। ਕਿਉਂ ਕ੍ਰੋਸ ਰੈਗੂਲੇਟਰ ਹੈ ਜਿਹੜੀ, ਸਮਰੱਥਾ ਘੱਟ ਹੈ ਉਹਦੀ। ਜੇਕਰ ਅੱਗੇ ਜਿਵੇਂ ਅੱਜ ਸਮੱਸਿਆ ਆਈ ਹੈ ਕਿ ਅੱਗੇ ਪਾਣੀ ਆ ਜਿਹੜਾ ਪਾਵਰ ਗ੍ਰਿਡ 'ਚ ਨਹੀਂ ਘੁੰਮਦਾ, ਪਿੱਛੋਂ ਪਾਣੀ ਮੀਹਾਂ ਦਾ ਜਾਂ ਕਿਸੇ ਕਾਰਨ ਜ਼ਿਆਦਾ ਆ ਗਿਆ, ਤਾਂ ਵੱਡੇ ਜਿਹੜੇ ਹੈਗੇ ਨੇ, ਨਹਿਰ ਟੁੱਟ ਵੀ ਸਕਦੀ ਹੈ, ਜਿਹੜੇ ਹਾਲਾਤ ਨੇ ਉਹ ਬਹੁਤ ਗੰਭੀਰ ਹੋ ਸਕਦੇ ਨੇ, ਉਹ ਪਾਣੀ ਹੋਰ ਵੱਧ ਸਕਦਾ। ਲੇਕਿਨ ਮੈਂ ਸਮਝਦਾ ਵੀ ਕਿ ਮਹਿਕਮੇ ਦੀ ਵੱਡੀ ਅਣਗਹਿਲੀ ਹੈ ਕਿ ਇਸ ਮਾਮਲੇ ਦੇ ਉੱਤੇ ਤੁਰੰਤ ਧਿਆਨ ਦੇ ਕੇ ਕੋਈ ਜਿਹੜਾ ਹੈਗਾ ਵਧੀਆ ਜਿਹੜਾ ਫੈਸਲਾ ਮਹਿਕਮੇ ਨੂੰ ਲੈਣਾ ਚਾਹੀਦਾ। ਬਿਲਕੁਲ ਹੋ ਸਕਦਾ ਜੀ, ਸਾਡੇ ਤਾਂ ਪਟੜੀ ਖੁੱਲ ਰਹੀ ਹੈ ਜੀ, ਗਿਰ ਰਹੀਆਂ ਨੇ ਇੱਟਾਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ, ਪਾਣੀ ਉਹ ਇੰਨਾ ਸੜਤਾ ਨਹਿਰ ਦੇ ਵਿੱਚ ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ। ਕੁਛ ਵਾਰਸ ਕਰਕੇ ਵੀ ਹੋ ਰਿਹਾ ਜੀ, ਵਾਰਸ ਕਰਕੇ ਮਗਰ ਪਾਣੀ ਵੱਧ ਗਿਆ ਹੋਊਗਾ। ਕੁਛ ਆ ਸਾਡੀਆਂ ਸਾਈਡਾਂ ਸੁੱਡਾਂ ਸਾਫ਼ ਕਰੀ ਜਾਂਦੇ ਨੇ, ਮੈਂ ਤਾਂ ਦੇਖਿਆ ਜੀ, ਜ਼ਿਆਦਾ ਸਾਡੇ ਨਰੇਗਾ ਕਰਕੇ ਹੋਇਆ ਜੀ, ਸਾਡੀਆਂ ਸਾਈਡਾਂ ਨੇ ਜਿਹੜੀਆਂ ਉਹ ਘਾਹ ਵੀ ਸਾਫ਼ ਕਰੀ ਜਾਂਦੇ ਨੇ। ਮੈਂ ਤਾਂ ਕਈ ਗੱਲ ਕੰਮ ਕਰਾਉਣ ਵਾਲਿਆਂ ਨੂੰ ਵੀ ਕਿਹਾ ਵੀ ਯਾਰ ਤੁਸੀਂ ਘਾਹ ਤਾਂ ਨਾ ਸਾਫ਼ ਕਰਾਓ, ਜੇ ਨਾ ਗੌਰ ਹੋਈ ਜੀ ਤਾਂ ਨੁਕਸਾਨ ਹੋ ਸਕਦਾ ਜੀ। ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਕੇ ਦੇਖਣ, ਜਿਵੇਂ ਉਹਨਾਂ ਨੂੰ ਲੱਗਦਾ ਪਾਣੀ ਘਟਾਉਣ ਜਾਂ ਜਿਵੇਂ ਮਰਜ਼ੀ ਕਰਨ ਜਾਂ ਕੁਛ ਵੀ ਕਰਨ, ਕੁਛ ਵੀ ਵੱਡਾ ਤੋਂ ਵੱਡਾ ਨੁਕਸਾਨ ਹੋ ਸਕਦਾ ਜੀ। ਜੇ ਨਹੀਂ ਹੁੰਦਾ ਸਮੱਸਿਆ ਦਾ ਹੱਲ, ਅਸੀਂ ਉਰੇ ਜੀ ਬੈਠਾਂਗੇ ਧਰਨਾ ਲਾ ਕੇ, ਸਾਰੇ ਪਿੰਡ ਅਸੀਂ ਰਾਏ ਕਰ ਰਹੇ ਵੀ ਕਿਵੇਂ ਕਰੀਏ, ਜੇ ਨਾ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ, ਅਸੀਂ ਜੇ ਕੋਈ ਇਹਨਾਂ ਨੇ ਇੰਤਜ਼ਾਮ ਨਾ ਕਰਿਆ ਫਿਰ ਅਸੀਂ ਇਕੱਠੇ ਹੋ ਕੇ ਜੀ। ਪੂਰਾ ਮਾਹੌਲ ਹੈ ਜੀ ਡਰ ਦਾ, ਡਰ ਦਾ ਪੂਰਾ ਮਾਹੌਲ ਹੈ, ਪੂਰੇ ਪਿੰਡ 'ਚ ਮਾਹੌਲ ਹੈ ਡਰ ਦਾ ਵੀ ਕੀ ਪਤਾ ਹੋਰ ਪਾਣੀ ਵੱਧ ਗਿਆ ਫਿਰ ਕੀ ਹੋ ਜਾਏ। ਰਾਤ ਨੂੰ ਤਾਂ ਕੋਈ ਪਤਾ ਨਹੀਂ ਜੀ, ਤਾਂ ਦਿਨ 'ਚ ਪਤਾ ਲੱਗ ਗਿਆ ਨਾ, ਰਾਤ ਦਾ ਕੀ।